सूचना प्राप्त हुई है। साडे बहुत ही अंथक सेवादार भूषण कोहली जी इंडस्ट्री एरिया दशहरा कमेटी ने लाइफ टाइम मैंबर चेयरपर्सन और उसके नाल देवी तला मंदिर के सेवादार भूषण कोहली जी देवी तला मंदिर के बहुत ही पुराने सेवादार ने भूषण कोहली जी सेवा का बहुत बहुत हार्दिक स्वागत करते हैं। कोई भी जानता नहीं किसी का कोई समान होता है या बच्चा किसी का होता है तो साढ़े कंट्रोल रूम के कोल आके सानू जवाब दे सकता है। साढ़े बहुत ही पावर पुलिस अफसर लेडीज पुलिस इतने ड्यूटी दे रहे हैं।
बाबा जी मेले सेवा कर रहे हैं, बहुत गुरुजनों का हार्दिक स्वागत है। प्रधान नरेंद्र मोदी स्पैशल नरेंद्र मोदी साढ़े बच्चे बाबा जी का पहला जो तुम देख रहे हो बाबा जी का सेवा कर रहे हैं। कोटी भंडारी जी साढ़े
परिवार के नाल पूरी साहब भी नाल आए हैं साढ़े भंडारी साहब रीना भंडारी जी पूरी साहब समीर सूरी जी शाम लाल जड्डा जी साढ़े मोहन एन आर आई साहब साढ़े के डी भंडारी जी नोर थे जी शाम शाम स्वागत अपने परिवार वालों क्योंकि भंडारी साहब ने साडे पूरे पंजाब बीजेपी के उप प्रधान की सेवा मिली है और अपने साथियों के नाल पार्टी की मजबूती लिए धार्मिक सेवा के रूप और राजनीतिक सेवा के रूप है ही है। मैं पूरे परिवार का इस्तकबाल करना दैनिक सवेरा को साडे मुख्य संपादक श्री शिखर जी वालों स्वागत है। मैं भंडारी साहब की बेनती करा जो शहर वासियों बाबा सोढ़ा मेले के इतिहासिक मौके पर बधाई दे श्री केजी भंडारी जी बरादरी वालों और ट्रस्ट वालों बहुत ही वधिया इंतजाम किए गए हैं। पिछले 15-20 दिन तो असी सारे देख रहे हैं किस तरीके दे नाल जड्डा बरादरी दे चेयरमैन साडा वीर श्याम लाल जड्डा जी विपन जड्डा जी शीतल वेद जी तसेम कपूर जी ਚੱਡਾ ਬਰਾਦਰੀ ਸਾਰੇ ਮੈਂਬਰਾਂ ਅਨਿਲ ਜੀ ਬਹੁਤ ਹੀ ਵਧੀਆ ਇਹਨਾਂ ਨੇ ਤਮਾਸ਼ ਕੀਤੇ ਹੈ ਔਰ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅੱਜ ਦੇ ਇਸ ਪਾਵਨ ਪਰਬ ਦੀਆਂ ਬਹੁਤ ਹੀ ਵਧਾਈ ਦਿੰਦਾ ਮੈਂ ਔਰ ਬਾਬਾ ਜੀ ਕੋ ਅਰਦਾਸ ਕਰੂੰਗਾ ਕਿ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਤੇ ਮੰਗਲ ਹੋਵੇ ਔਰ ਸਾਡਾ ਸਮਾਜਿਕ ਭਾਈਚਾਰਾ ਇਸੇ ਤਰੀਕੇ ਨਾਲ ਮਜ਼ਬੂਤ ਰਹੇ ਅਸੀਂ ਬਾਬਾ ਜੀ ਨੂੰ ਅਰਦਾਸ ਕਰਦਾ ਹਾਂ ਔਰ ਮੈਂ ਇਹ ਗੱਲ ਬੜੇ ਮਾਣ ਔਰ ਫਖਰ ਨਾਲ ਕਹਿ ਸਕਦਾ ਕਿ ਇਸ ਸਥਾਨ ਦਾ ਬਹੁਤ ਹੀ ਮਹੱਤਵ ਹੈ ਔਰ ਜਿਹੜਾ ਵੀ ਪਰਿਵਾਰ ਇੱਥੇ ਆ ਕੇ ਜੋ ਵੀ ਆਪਣੀ ਮਨ ਦੀ ਮੁਰਾਦ ਮੰਗ ਕੇ ਜਾਂਦਾ ਹੈ ਉਹਦੀ ਮਨ ਦੀ ਮੁਰਾਦ ਪੂਰੀ ਹੁੰਦੀ ਹੈ ਔਰ ਅਗਲੇ ਸਾਲ ਉਹ ਪਰਿਵਾਰ ਢੋਲ ਢਮਾਕੇ ਦੇ ਨਾਲ ਇੱਥੇ ਆ ਕੇ ਮਹਾਰਾਜ ਦਾ ਬਾਬਾ ਜੀ ਦਾ ਸ਼ੁਕਰਾਨਾ ਕਰਨ ਆਉਂਦਾ ਹੈ ਔਰ ਇਸੇ ਲਈ ਇਹ ਮੇਲਾ ਲਗਭਗ ਇੱਕ ਹਫ਼ਤਾ ਚੱਲਦਾ ਹੈ ਹੁਣ ਵੀ ਅਸੀਂ ਦੇਖ ਰਹੇ ਹਾਂ ਇਤਵਾਰ ਤੋਂ ਮੇਲਾ ਸ਼ੁਰੂ ਹੋਇਆ ਵਾ ਔਰ ਇਤਵਾਰ ਤੱਕ ਚੱਲਣਾ ਵਾ ਇਹ ਸਥਾਨ ਦੀ ਸ਼ਕਤੀ ਹੈ ਔਰ ਬਾਬਾ ਜੀ ਦੀ ਅਪਾਰ ਕਿਰਪਾ ਵਾ ਸਾਡੇ ਪੰਜਾਬ ਦੇ ਉੱਪਰ ਸਾਡੇ ਸ਼ਹਿਰ ਦੇ ਉੱਪਰ ਕਿ ਲੋਕਾਂ ਦਾ ਭਾਈਚਾਰਾ ਕਿੰਨਾ ਮਜ਼ਬੂਤ ਹੈ ਇੱਥੇ ਹਰ ਸੰਗਤ ਆ ਕੇ ਸ਼ੀਸ਼ ਨਿਵਾਉਂਦੀ ਹੈ ਔਰ ਆਪਣੀ ਮਨ ਦੀ ਮੁਰਾਦ ਪੂਰੀ ਹੁੰਦੀ ਹੈ ਮੈਂ ਚੱਡਾ ਬਰਾਦਰੀ ਦੇ ਚੇਅਰਮੈਨ ਸ਼ਾਮ ਲਾਲ ਚੱਡਾ ਜੀ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੈਂ ਦੇਖ ਰਿਹਾ ਕਿ ਬਹੁਤ ਮਿਹਨਤ ਕਰ ਰਹੇ ਹੈ ਅਨਿਲ ਚੱਡਾ ਜੀ ਨਾਲ ਉਹਨਾਂ ਦੇ ਸਹਿਯੋਗੀ ਇਹ ਵੀ ਸਾਡਾ ਭਰਾ ਬਹੁਤ ਹੀ ਮਿਹਨਤ ਕਰ ਰਿਹਾ ਵਾ ਔਰ ਬਾਬਾ ਜੀ ਇਹਨਾਂ ਤੇ ਅਪਾਰ ਕਿਰਪਾ ਕਰਨਗੇ ਇਹ ਮੇਲਾ ਨਿਰਵਿਘਨ ਸੰਪੰਨ ਹੋਵੇ ਸਾਰਿਆਂ ਦੀ ਮਨ ਦੀ ਮੁਰਾਦ ਪੂਰੀ ਹੋਵੇ ਅਸੀਂ ਬਾਬਾ ਜੀ ਦਾ ਪ੍ਰਾਰਥਨਾ ਕਰਦਾ ਹਾਂ ਔਰ ਮੈਂ ਆਪਣੇ ਪਰਿਵਾਰ ਦੇ ਨਾਲ ਨਤਮਸਤਕ ਹੋਣ ਆਇਆ ਵਾ ਔਰ ਮੈਨੂੰ ਵੀ ਇਸ ਸਥਾਨ ਤੋਂ ਬਹੁਤ ਕੁਝ ਮਿਲਿਆ ਵਾ ਮੈਂ ਜੋ ਵੀ ਮੰਗਿਆ ਮੈਨੂੰ ਬਾਬਾ ਜੀ ਨੇ ਦਿੱਤਾ ਵਾ ਇੱਕ ਵਾਰੀ ਫਿਰ ਸਾਰੇ ਪੰਜਾਬ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਆਹਵਾਨ ਕਰੂੰਗਾ ਕਿ ਇੱਥੇ ਆ ਕੇ ਮੱਥਾ ਟੇਕੋ ਔਰ ਆਪਣੀ ਮਨ ਦੀ ਮੁਰਾਦ ਪੂਰੀ ਕਰੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭੰਡਾਰੀ ਸਾਹਿਬ ਦੇ ਨਾਲ ਕਮਲ ਪੂਰੀ ਜੀ ਆਪਣੇ ਪਰਿਵਾਰ ਦੇ ਨਾਲ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਹਾਰਦਿਕ ਸਵਾਗਤ ਕਰਦਾ ਸਮੀਰ ਸੂਰੀ ਜੀ ਔਰ ਉਹਨਾਂ ਦੇ ਨਾਲ ਸਾਡਾ ਪਰਿਵਾਰ ਹੈ ਨੌਰਥ ਪਰਿਵਾਰ ਹੈ ਭੰਡਾਰੀ ਸਾਹਿਬ ਪੂਰੀ ਸਾਹਿਬ ਕਹਿ ਰਹੇ ਹੈ ਕਿ
ये पुरी साहब सारा परिवार है।